ਇਸ਼ੇ ਨਿਊਜ਼ ਚੈਨਲ ਦੇਖਦੇ ਸਾਰੇ ਹੀ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ। ਦੋਸਤੋ, ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ। ਅੱਜ ਆਪਾਂ ਪਹੁੰਚੇ ਸ਼ਾਹਕੋਟ ਦੇ ਵਿੱਚ FCI ਦਫ਼ਤਰ ਦੇ ਅੱਗੇ, ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਉਹਦਾ ਘਿਰਾਓ ਕੀਤਾ ਗਿਆ। ਆਓ ਗੱਲਬਾਤ ਕਰਦੇ ਹਾਂ ਉਹਨਾਂ ਨੇ ਜਿਹੜੇ ਘਿਰਾਓ ਅੱਜ ਕਿਉਂ ਕੀਤਾ ਗਿਆ, ਕੀ ਰੀਜ਼ਨ ਵਾ। ਸਾਡੇ ਨਾਲ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਇੱਥੇ ਸ਼ਾਮਿਲ ਨੇ, ਉਹਨਾਂ ਨਾਲ ਗੱਲਬਾਤ ਕਰਕੇ ਤਾਂ ਆਪਾਂ ਜਾਣਦੇ ਹਾਂ ਕੀ ਮਸਲਾ ਹੈ ਪੂਰਾ। ਮੈਂ ਗੁਰਚਰਨ ਸਿੰਘ ਚਾਹਲ, ਕਨਵੀਨਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾ ਹਾਂ। ਅੱਜ ਅਸੀਂ ਸੰਯੁਕਤ ਮੋਰਚਾ ਦੇ ਸੱਦੇ 'ਤੇ ਜੋ ਦਿੱਲੀ ਤੋਂ ਸੱਦਾ ਆਇਆ ਕਿ ਜੋ ਕੇਂਦਰ ਦੀ ਸਰਕਾਰ ਨੇ ਕਣਕ ਦੀ ਖਰੀਦ ਸੰਬੰਧੀ FCI ਦੁਆਰਾ ਸਾਡੇ 'ਤੇ ਗਲਤ ਫਰਮਾਨ ਜਾਰੀ ਕੀਤੇ ਆ, ਜਿਵੇਂ ਕਿ ਫਰਦਾਂ ਦੇ ਉੱਪਰ ਕਣਕ ਖਰੀਦਣੀ, ਕਿੱਲੇ ਦੀ 15-15 ਕੁਇੰਟਲ ਕਣਕ ਲੈਣੀ, ਨਵੀਂ 14% ਤੋਂ ਘਟਾ ਕੇ 12% ਕਰਨੀ, ਇਹਨਾਂ ਸਾਰਿਆਂ ਦੇ ਵਿਰੋਧ ਦੇ ਵਿੱਚ ਜੋ ਸਾਡੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਲੜਾਈ ਦਾ, ਉਸ ਦੀ ਕੜੀ ਵਜੋਂ ਅੱਜ ਅਸੀਂ ਉੱਚਾ ਮੀਂਹਵਾਲ ਨੇੜੇ ਸ਼ਾਹਕੋਟ ਦੇ FCI ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਦੇ ਰਹੇ ਹਾਂ। ਮੈਂ ਦਿੱਲੀ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਜੇਕਰ ਪੰਜਾਬ ਦੀ ਕਣਕ ਨੂੰ ਖਰੀਦਣ ਦੇ ਤੁਸੀਂ ਆਨੇ ਬਹਾਨੇ ਲਾਏ ਤਾਂ ਅਸੀਂ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਆਪਣਾ ਬੱਚਾ ਝੋਕ ਦੇਵਾਂਗੇ, ਤਾਂ ਇੱਕ ਕਿਸਾਨ ਦਾ ਇੱਕ ਦਾਣਾ ਇੱਥੋਂ ਅਸੀਂ ਚੁਕਵਾਵਾਂਗੇ। ਸੋ ਇਸ ਕਰਕੇ ਜੋ ਦਿੱਲੀ ਵਿੱਚ ਸਾਡਾ ਅੰਦੋਲਨ ਚੱਲ ਰਿਹਾ, ਉਸ ਦੇ ਸੰਬੰਧ 'ਤੇ ਵੀ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਹਲਕੇ 'ਚ ਨਾ ਲਵੇ। ਇਹ ਦੇਸ਼ ਦਾ ਹਰ ਵਰਗ ਇਸ ਲੜਾਈ ਵਾਸਤੇ ਤਿਆਰ ਹੈ। ਸੋ ਸਰਕਾਰ ਇਸ 'ਤੇ ਗੱਲਬਾਤ ਕਰੇ ਤਾਂ ਕਿ ਲੋਕ ਅਮਨ ਚਮਨ ਚੈਨ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਅਤੇ ਸਾਡਾ ਦੇਸ਼ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਇੱਕ ਸਵਾਲ ਸੀਗਾ, ਔਰ ਜਿਵੇਂ ਹੁਣ ਲੋਕ ਕਹਿ ਰਹੇ ਆ ਵੀ ਦਿੱਲੀ ਦਾ ਜਿਹੜਾ ਕਿ ਅੰਦੋਲਨ ਸੀਗਾ ਉਹ ਬੜਾ ਠੰਡਾ ਪੈ ਗਿਆ, ਲੋਕ ਵਾਪਸ ਆ ਰਹੇ ਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਵੇਖੋ, ਤੁਸੀਂ ਦਿੱਲੀ ਦੇ ਅੰਦੋਲਨ ਦੀ ਗੱਲ ਕੀਤੀ ਹੈ, ਅੱਜ ਤੁਸੀਂ ਸਾਡੇ ਇਸ ਇਕੱਠ ਦੇ ਵਿੱਚ 50% ਬੀਬੀਆਂ ਦੇਖੀਆਂ, ਔਰ ਬੀਬੀਆਂ ਨੇ ਬੋਲਿਆ, ਇੱਕ ਲੜਕੀ ਮਨਪ੍ਰੀਤ ਕੌਰ ਬੋਲੀ ਹੈ ਕਿ ਮੈਂ ਹਾਰਟ ਦੀ ਪੇਸ਼ੈਂਟ ਹਾਂ, ਮੈਂ 3 ਆਪਰੇਸ਼ਨ ਹਾਰਟ ਦੇ ਕਰਾਏ ਆ, ਔਰ ਉਹ ਕਹਿੰਦੀ ਮੈਂ ਆਪਣਾ ਪਰਿਵਾਰ ਲੈ ਕੇ ਆਈ ਹਾਂ। ਉਹ ਸਾਰਿਆਂ ਨੂੰ ਅਪੀਲ ਵੀ ਕਰ ਲਈ ਸੀ, ਔਰ ਸਾਰੀਆਂ ਭੈਣਾਂ ਨੇ ਕਿਹਾ, ਸਾਰੇ ਵੀਰਾਂ ਨੇ ਕਿਹਾ ਕਿ ਅਸੀਂ ਬੱਚਾ ਝੋਕ ਦੇਵਾਂਗੇ, ਜੇ ਅਸੀਂ ਬੱਚਾ ਝੋਕਣਾ ਉਹ ਦਿੱਲੀ ਜਾ ਕੇ ਹੀ ਝੋਕਾਂਗੇ, ਕੋਈ ਦਿੱਲੀ ਦੇ ਲੜਾਈ ਨੂੰ ਅਸੀਂ ਨਵਾਂ ਪੈਸਾ ਵੀ ਮੱਠਾ ਨਹੀਂ ਪੈਣ ਦੇਵਾਂਗੇ। ਵਾਢੀਆਂ ਦੇ ਵਿੱਚ ਵੀ ਅਸੀਂ ਆਪਣੇ ਜਥੇ ਤਿਆਰ ਕਰ ਲਏ ਆ, ਸਾਡੇ ਜਥੇ ਜਾ ਕੇ ਵਾਰੀ ਜਾ ਕੇ ਬੈਠਣਗੇ ਔਰ ਉਸ ਅੰਦੋਲਨ ਨੂੰ ਕਾਮਯਾਬ ਕਰਾਂਗੇ। ਜੋ ਸਰਕਾਰ ਇਹ ਗੱਲ ਕਰ ਰਹੀ ਹੈ ਉਹ ਬਿਲਕੁਲ ਗਲਤ ਹੈ, ਔਰ ਸਾਡੇ ਲੋਕ ਲੜ ਕੇ ਆਪਣੀਆਂ ਮੰਗਾਂ ਬਣਾਉਣ ਵਾਸਤੇ, ਆਪਣੀਆਂ ਜਾਨਾਂ ਕੁਰਬਾਨ ਕਰਨ ਵਾਸਤੇ ਵੀ ਤਿਆਰ ਬੈਠੇ ਆ। ਧੰਨਵਾਦ ਜੀ। ਇਹੀ ਸਾਡੇ ਨਾਲ ਗੁਰਚਰਨ ਸਿੰਘ ਚਾਹਲ ਜੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਦਿੱਲੀ ਦਾ ਅੰਦੋਲਨ ਅਸੀਂ ਠੰਡਾ ਨਹੀਂ ਪੈਣ ਦੇਵਾਂਗੇ, ਅਸੀਂ ਆਪਣਾ ਬੱਚਾ ਤਿਆਰ ਕਰ ਲਿਆ ਜੋ ਕਿ ਦਿੱਲੀ ਅੰਦੋਲਨ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਨਾਲ ਲੜੇ। ਕੈਮਰਾਮੈਨ ਲਾਡੀ ਦੇ ਨਾਲ ਹਰਜਿੰਦਰ ਸਿੰਘ ਦੀ ਰਿਪੋਰਟ। ਧੰਨਵਾਦ ਜੀ।